तू बख्श महार हाँ पापी तू बख्श महार जी हाँ पापी तू बख्श करे सच अलख अपार करे सच अलख अपार आप करे सच अलख अपार आप करे सच अलख अपार आप करे सच अलख अपार बड़ी बड़ी पढ़ाई और बड़ी डूंगी पढ़ाई बड़ी डूंगी पढ़ाई बड़ी मुश्किल दे नाल किसी विरले नूं एक अवस्था मिलती है आप सतनाम अवस्था मिलती है कि अपना गुनाह कोई कन्फेस कर सके अपने गुरु दे नहीं तो साध संगत जी हर बंदा अपनी वड्याई अपने वड्याई दे विच ही लगा है मैं इदां दा मैं इदां दा मैं इदां दुनिया दे अगे कितना भी पर हद उदो हो जाती है जो गुरदरबार दे विच भी आके मैं करदा गुरु दे कोल बह के भी मैं करदा मैं ना होवां तो आ काम ना होवे मैं ना होवां तो आ गल ना बनदी भावे मुख तो ना बोले पर अंदर ये सोच बनी रही बनी रही है सोच और बड़ी घातक सोच है सत संगत जी बड़ी घातक सोच ये बड़ी घातक बिरदी है बंदे दे पुन साड़ दिंदी है बिरदी आखो सतनाम किन्नी मुश्किल दे नाल नाम जपिया ते पुन बनाया है ਜਿੱਥੇ ਮੈਂ ਆਈ ਨਹੀਂ ਉੱਥੇ ਪੁੰਨ ਗਏ ਆਖੋ ਸਤਨਾਮ ਪੁੰਨ ਗਏ ਗਏ ਤਾਂ ਹੀ ਕਈ ਵਾਰੀ ਦਾਸ ਤੁਹਾਡੇ ਚਰਨਾਂ 'ਚ ਬੇਨਤੀ ਲਾਉਂਦਾ ਹੈ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਘਰ ਜਾਂਦੇ ਹੋ ਕਿਸੇ ਨਾਲ ਗੱਲ ਹੁੰਦੀ ਹੈ ਕੋਈ ਤੁਹਾਡੀ ਵਡਿਆਈ ਕਰਦਾ ਹੈ ਕਿ ਇਹ ਤਾਂ ਜੀ ਰੋਜ਼ ਅੰਮ੍ਰਿਤ ਵੇਲੇ ਉੱਠਦੇ ਰੋਜ਼ ਬੰਦਗੀ ਕਰਦੇ ਸੀਸ ਚੁਕਾ ਕੇ ਉਹਨੂੰ ਸ਼ੁਕਰਾਨੇ ਕਰਿਆ ਕਰੋ ਮੁੱਖ ਤੋਂ ਲਫ਼ਜ਼ ਕੋਈ ਨਾ ਬੋਲਿਆ ਕਈ ਵਾਰੀ ਆਪਾਂ ਐਸੇ ਲਫ਼ਜ਼ ਬੋਲਦੇ ਹਾਂ ਹੁੰਦੇ ਭਾਵੇਂ ਨਿਮਰਤਾ ਵਾਲੇ ਨੇ ਪਰ ਅੰਦਰ ਖਾਹਿਸ਼ ਹੁੰਦੀ ਹੈ ਕਿ ਅੱਗੋਂ ਹੋਰ ਮੇਰੀ ਤਾਰੀਫ ਕਰਿਆ ਕੋ ਸਤਨਾਮ ਹੈ ਸੱਚ ਜਦੋਂ ਕਿਸੇ ਨੇ ਇੰਨੀ ਗੱਲ ਕਹਿਤੀ ਇਹ ਤਾਂ ਜੀ ਭਗਤ ਬੰਦੇ ਇਹ ਤਾਂ ਬਹੁਤ ਕਿਰਪਾ ਇਹਨਾਂ ਤੇ ਅੰਮ੍ਰਿਤ ਵੇਲੇ 2-2 ਵਜੇ ਉੱਠ ਜਾਂਦੇ ਆ ਇਹ ਤਾਂ ਸਾਧਨਾ ਕਰਨ ਜਾਂਦੇ ਨਹੀਂ ਨਹੀਂ ਕਿੱਥੇ ਮੈਂ ਕਿੱਥੇ ਫਿਰ ਬੰਦਾ ਇਹ ਸੁਣਨਾ ਚਾਹੁੰਦਾ ਕਿ ਅੱਗੋਂ ਹੋਰ ਬੋਲੇ ਫਿਰ ਅੱਗੋਂ ਬੰਦਾ ਬੋਲਦਾ ਨਹੀਂ ਨਹੀਂ ਇਹ ਸੱਚ ਗੱਲ ਹੈ ਇਹ ਤਾਂ ਉਹ ਸੁਣਨਾ ਚਾਹ ਰਿਹਾ ਆਪਣੀ ਬੜੀ ਦੋ ਹਰਫੀ ਗੱਲ ਕਰੋ ਦੋ ਲਫ਼ਜ਼ਾਂ ਚ ਗੱਲ ਮੁਕਾ ਦੋ ਕਹਿੰਦੇ
गुरु नानक दी मेहर है आखो सतनाम ਇਹ ਗੁਰੂ ਨਾਨਕ ਜਗਾ ਰਹੇ ਨੇ ਤੇ ਜਾਗ ਰਿਹਾ ਗੁਰੂ ਨਾਨਕ ਗਵਾ ਰਹੇ ਨੇ ਤੇ ਗਾ ਰਹੇ ਨੇ ਗੁਰੂ ਨਾਨਕ ਬਿਠਾ ਰਹੇ ਨੇ ਤੇ ਬੈਠ ਰਹੇ ਨੇ ਅੰਦਰ ਇਹ ਭਾਵਨਾ ਹੋਵੇ ਵਾਹ ਵਾਹ ਵਡਿਆਈਆਂ ਤੇਰੀਆਂ ਤੇਰੀਆਂ ਅੱਜ ਜਿਹੜਾ ਸ਼ਬਦ ਸਾਹਿਬ ਨੇ ਬਖਸ਼ਿਸ਼ ਕੀਤਾ ਇਹਦੇ ਚ ਇੱਕ ਪੜ੍ਹਾਈ ਸਾਨੂੰ ਸਿਖਾਈ ਕਹਿੰਦੇ ਆ ਆਪਣੇ ਗੁਰੂ ਦੀ ਗੋਦੀ ਚ ਬੈਠ ਤੇ ਬੈਠ ਕੇ ਕਹਿ ਦੇ ਹਉ ਪਾਪੀ ਕਹਿਤਾ ਸਹੀ ਉਹ ਬਖਸ਼ਣਹਾਰ ਬਖਸ਼ਣ ਲਈ ਬੈਠਾ ਹੋਇਆ ਹੈ ਉਹ ਬਖਸ਼ਣਹਾਰ ਤੁਹਾਨੂੰ ਬਖਸ਼ਣ ਲਈ ਬੈਠਾ ਹੈ ਪਰ ਕਬੂਲ ਤਾਂ ਕਰ ਹਉ ਪਾਪੀ ਤੂੰ ਬਖਸ਼ਣਹਾਰ ਉਹ ਤਾਂ ਬਖਸ਼ਣਹਾਰ ਹੈ ਹੀ ਜੱਜ ਦੇ ਹੱਥ ਚ ਕਲਮ ਹੁੰਦੀ ਹੈ ਉਹ ਕਲਮ ਭਾਵੇਂ ਸਜ਼ਾ ਲਿਖ ਦੇਵੇ ਉਹ ਕਲਮ ਭਾਵੇਂ ਸਜ਼ਾ ਮਾਫ ਕਰ ਦੇਵੇ ਆਖੋ ਸਤਨਾਮ ਉਹ ਸਜ਼ਾ ਵਧਾ ਦੇਵੇ ਉਹ ਸਜ਼ਾ ਘਟਾ ਦੇਵੇ ਜੱਜ ਦੀ ਮਰਜ਼ੀ ਹੈ ਆ ਕੇ ਕਨਫੈਸ ਕਰ ਲਵੇ ਇਹ ਬਾਬਾ ਜੀ ਬਚਨ ਕਰਿਆ ਕਰਦ ਸੰਤਾਂ ਤਨ ਬਾਬਾ ਨਾਮ ਸਿੰਘ ਕਹਿੰਦੇ ਦੁਨੀਆਂ ਦੀ ਕਚਹਿਰੀ ਦੇ ਵਿੱਚ ਕੋਈ ਆਪਣਾ ਗੁਨਾਹ ਕਬੂਲ ਕਰ ਲਵੇ ਕਚਹਿਰੀ ਕੋਰਟ ਨੂੰ ਕਹਿੰਦੇ ਨੇ ਦੁਨੀਆਂ ਦੀ ਕਚਹਿਰੀ ਦੇ ਵਿੱਚ ਕੋਈ ਆਪਣਾ ਗੁਨਾਹ ਕਬੂਲ ਕਰ ਲਵੇ ਕਨਫੈਸ ਕਰ ਲਵੇ ਆਪਣੇ ਗੁਨਾਹ ਕਹਿੰਦੇ ਸਜ਼ਾ ਘੱਟ ਹੋ ਜਾਂਦੀ ਹੈ ਆਖੋ ਸਤਨਾਮ ਕੋਈ ਗੁਨਾਹ ਕਬੂਲ ਕਰ ਲਵੇ ਨਾ ਮੈਂ ਗਲਤੀ ਕੀਤੀ ਮੈਨੂੰ ਬਖਸ਼ ਰਹਿਮ ਦੀ ਅਪੀਲ ਲਾ ਦੇਵੇ ਉਹਦੇ ਤੇ ਰਹਿਮ ਕੀਤਾ ਜਾਂਦਾ ਉਹਦੀ ਸਜ਼ਾ ਘਟਾ ਦਿੱਤੀ ਜਾਂਦੀ ਬਾਬਾ ਜੀ ਬਚਨ ਕਰਦੇ ਸਨ ਕਹਿੰਦੇ ਦੁਨੀਆਂ ਦੀ ਕਚਹਿਰੀ 'ਚ ਕੋਈ ਗੁਨਾਹ ਕਬੂਲ ਕਰ ਲਵੇ ਉਹ ਸਜ਼ਾ ਘੱਟ ਹੋ ਜਾਂਦੀ ਹੈ ਪਰ ਕਹਿੰਦੇ ਗੁਰੂ ਨਾਨਕ ਦੀ ਬਾਰਗਾਹ 'ਚ ਆਖੋ ਸਤਨਾਮ ਗੁਰੂ ਨਾਨਕ ਦੀ ਬਾਰਗਾਹ 'ਚ ਅਗਰ ਕੋਈ ਗੁਨਾਹ ਕਬੂਲ ਕਰ ਲਵੇ ਮੈਂ ਗੁਨਾਹੀ ਹਾਂ ਦਿਲ ਤੋਂ ਮਨ ਤੋਂ ਗੁਨਾਹ ਕਬੂਲ ਕਰ ਲਵੇ ਮੈਂ ਗੁਨਾਹੀਆਂ ਮਹਾਰਾਜ ਬਖਸ਼ ਦਿਓ ਕਹਿੰਦੇ ਫਿਰ ਸਜ਼ਾ ਘੱਟ ਹੀ ਨਹੀਂ ਸਜ਼ਾ ਮਾਫੀ ਦਿੰਦੇ ਨੇ ਆਖੋ ਸਤਨਾਮ ਬਾਰਗਾਹ ਦੇ ਵਿੱਚ ਗੁਰੂ ਨਾਨਕ ਦੀ ਬਾਰਗਾਹ ਚ ਕੋਈ ਕਬੂਲ ਕਰ ਲਵੇ ਮੈਂ ਗੁਨਾਹੀ ਫਿਰ ਸਜ਼ਾ ਘੱਟ ਨਹੀਂ ਫਿਰ ਲੀਗੀ ਮਾਰਦੀ ਜਾਂਦੀ ਹੈ ਮਾਫੀ ਦੇ ਦਿੱਤੀ ਜਾਂਦੀ ਹੈ ਚੱਲ ਜਾ ਪਿਛਲੇ ਔਗੁਣ ਤੇਰੇ ਬਖਸ਼ੇ ਆਖੋ ਸਤਨਾਮ ਹੁਣ ਅੱਗੋਂ ਨਿਰਮਲ ਲੇਖ ਲਿਖੀ ਪਰ ਇੱਕ ਬੇਨਤੀ ਹੈ ਹੁਣ ਇੱਕ ਵਾਰੀ ਬਖਸ਼ਾ ਲਿਆ ਦੂਜੀ ਵਾਰੀ ਫਿਰ ਗਲਤੀ ਦੂਜੀ ਵਾਰੀ ਫਿਰ ਆ ਗਏ ਬਖਸ਼ਾ ਲਿਆ ਤੀਜੀ ਵਾਰੀ ਫਿਰ ਗਲਤੀ ਆਖੋ ਸਤਨਾਮ ਹਾਲ ਹੈ ਸਾਡਾ ਸਭ ਤੋਂ ਪਹਿਲਾਂ ਸਾਧ ਸੰਗਤ ਬਖਸ਼ਾਣ ਵਾਸਤੇ ਸਭ ਤੋਂ ਪਹਿਲਾਂ ਮੈਨੂੰ ਮੇਰੇ ਔਗੁਣ ਪਤਾ ਹੋਣੇ ਚਾਹੀਦੇ ਨੇ ਮੈਨੂੰ ਮੇਰੇ ਔਗੁਣ ਪਤਾ ਹੋਣ ਮੈਂ ਔਗੁਣ ਯਾਰਾ ਹਾਂ ਸੱਚਾਈ ਤਾਂ ਇਹ ਹੈ ਇਹ ਮਨ ਮੰਨਣ ਲਈ ਤਿਆਰ ਨਹੀਂ ਕਿ ਮੈਂ ਔਗੁਣ ਮੰਨਣ ਲਈ ਤਿਆਰ ਹੈ ਔਗੁਣ ਯਾਰਾ ਕੋਈ ਬਾਂਹ ਖੜੀ ਕਰਕੇ ਕਹੇਗਾ ਮੈਂ ਔਗੁਣ ਯਾਰਾ ਪਰ ਮੈਂ ਬਾਂਹ ਖੜੀ ਕਰਵਾਉਣ ਲੱਗਾ ਨਾ ਸਾਧ ਸੰਗਤ ਦੱਸੋ ਕਿਹਦੇ ਅੰਦਰ ਕ੍ਰੋਧ ਨਹੀਂ ਹੈ ਕਿਹਦੇ ਅੰਦਰ ਕਾਮ ਨਹੀਂ ਹੈ ਕਿਹਦੇ ਅੰਦਰ ਹਉਮੈ ਨਹੀਂ ਹੈ ਕਿਹਦੇ ਅੰਦਰ ਨਿੰਦਿਆ ਨਹੀਂ ਹੈ ਕਿਹਦੇ ਅੰਦਰ ਈਰਖਾ ਨਹੀਂ ਹੈ ਕਿਹਦੇ ਅੰਦਰ ਦਵੈਤ ਭਾਵਨਾ ਨਹੀਂ ਹੈ ਖੜੀ ਕਰੋ ਕਿਸੇ ਦੀ ਬਾਣੀ ਖੜੀ ਖੜੀ ਪ੍ਰੈਕਟੀਕਲ ਹੋ ਕੇ ਚੱਲੀਏ ਔਗੁਣਾਂ ਦੇ ਨਾਲ ਭਰੇ ਹੋਏ ਪਰ ਕਬੂਲਦੇ ਨਹੀਂ ਕਬੂਲਦੇ ਤਾਂ ਨਹੀਂ ਕਿਉਂਕਿ ਪਤਾ ਨਹੀਂ ਅੰਦਰ ਝਾਤ ਨਹੀਂ ਮਾਰੀ ਬਸ ਦੂਜਿਆਂ ਦੇ ਗਰੇਵਾਂ ਤੇ ਝਾਤ ਮਾਰੀ ਜਾਂਦੇ ਉਹ ਇਦਾਂ ਦਾ ਉਹ ਇਦਾਂ ਦਾ ਉਹ ਇੱਡਾ ਭੈੜਾ ਜਿਹਾ ਉਹ ਇਦਾਂ ਨਿੰਦਿਆ ਹੀ ਕਰਦਾ ਰਹਿੰਦਾ ਝੂਠ ਹੀ ਬੋਲਦਾ ਰਹਿੰਦਾ ਇੱਦਾਂ ਕਰਦਾ ਰਹਿੰਦਾ ਆਪ ਆਪ
गुरु ग्रंथ साहब महाराज कहते आप नड़े ग्रीवान में सिर नीवा कर अपने ग्रीवान च झाती मार मेरे सतगुर की पढ़ाई पढ़ाते पे ने तो असीं पढ़ाई कड़ी पढ़ते पे मेरे सतगुर पढ़ाई पढ़ा रहे ने कबीर सब ते हम पूरे आखो सब ते हम पूरे हुण दसो कबीर सब ते हम पूरे हम तज मैनू छड़ के हम तज भलो सब कोई मैनू छड़ के सारे भले कबीर सब ते हम पूरे ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਪੜ੍ਹਾ ਰਹੇ ਨੇ ਤੇ ਪੜ੍ਹੀ ਅਸੀਂ ਪੜ੍ਹਾਈ ਮਹਾਰਾਜ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਈ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਇਆ ਕੋ ਸਤਨਾਮ ਮਹਾਰਾਜ ਕਹਿੰਦੇ ਉਹ ਮੇਰਾ ਮਿੱਤਰ ਹੈ ਉਹ ਮੈਨੂੰ ਬੜਾ ਪਿਆਰਾ ਲੱਗਦਾ ਹੈ ਜਿਹੜਾ ਆਪਣੇ ਔਗੁਣ ਤੇ ਦੂਜਿਆਂ ਦੇ ਗੁਣ ਵੇਖੇ ਆਖੋ ਸਤਨਾਮ ਗੁਣ ਵੇਖੇ ਹਰ ਇੱਕ ਦੇ ਅੰਦਰ ਸਾਸਨਤ ਔਗੁਣ ਵੀ ਨੇ ਹਰ ਇੱਕ ਦੇ ਅੰਦਰ ਗੁਣ ਵੀ ਨੇ ਆਖੋ ਸਤਨਾਮ ਹੁਣ ਦੇਖਣਾ ਕਿ ਅਸੀਂ ਕੀ ਦੇਖਣਾ ਚਾਹੁੰਦੇ ਸੱਸ ਨੂੰ ਨੂੰਹ ਦੇ ਵਿੱਚੋਂ ਕੀ ਦੇਖਣਾ ਜੋ ਦੇਖਣਾ ਉਹੀ ਨਜ਼ਰ ਆਏ ਨੂੰਹ ਨੂੰ ਸੱਸ ਦੇ ਵਿੱਚੋਂ ਕੀ ਵੇਖਣਾ ਜੋ ਵੇਖਣਾ ਚਾਹੁੰਦੀ ਹੈ ਉਹੀ ਨਜ਼ਰ ਆਏਗਾ ਹੈ ਦੋਨੋਂ ਚੀਜ਼ਾਂ ਹੈ ਦੋਨੋਂ ਚੀਜ਼ਾਂ ਗੁਣ ਵੀ ਨੇ ਔਗੁਣ ਵੀ ਨੇ ਕੀ ਦੇਖਣਾ ਚਾਹੁੰਦੇ ਕੀ ਵੇਖਣਾ ਚਾਹੁੰਦੇ ਉਹ ਤਾਂ ਇੱਦਾਂ ਦੀ ਉਹ ਤਾਂ ਇੱਦਾਂ ਦੀ ਉਹ ਤਾਂ ਇੱਦਾਂ ਦੀ ਉਹ ਤਾਂ ਇੱਦਾਂ ਦੀ ਉਹ ਬੀਬੀ ਜਿਹਦੇ ਬਾਰੇ ਤੂੰ ਐਡਾ ਮਾੜਾ ਬੋਲਦੀ ਉਹਦੇ ਅੰਦਰ ਕੋਈ ਗੁਣ ਵੀ ਹੈ ਮੈਨੂੰ ਤਾਂ ਤਜਰਬਾ ਤੈਨੂੰ ਇਸ ਕਰਕੇ ਨਜ਼ਰ ਨਹੀਂ ਆਇਆ ਕਿਉਂਕਿ ਤੂੰ ਦੇਖਣਾ ਨਹੀਂ ਚਾਹਿਆ ਤੂੰ ਦੇਖਣਾ ਹੀ ਨਹੀਂ ਚਾਹੁੰਦਾ ਅੱਖਾਂ 'ਚ ਕਾਲੀ ਪੱਟੀ ਬੰਨ ਲਈ ਹੈ ਕਿੱਥੋਂ ਨਜ਼ਰ ਆਵੇ ਗੁਣ ਤੇ ਇੱਕ ਬੀਬੀ ਕਹਿੰਦੀ ਉਹ ਤਾਂ ਇੱਦਾਂ ਦੇ ਚੰਗੇ ਇੰਨੀ ਕਿਰਪਾ ਇੰਨੇ ਮਿੱਠ ਬੋਲੜੇ ਨੇ ਇੰਨੇ ਪਿਆਰ ਵੰਡਦੇ ਨੇ ਉਹ ਦੂਜਾ ਬੋਲਦਾ ਇੰਨੇ ਗੁਣ ਭਰੇ ਕੋਈ ਔਗੁਣ ਵੀ ਹੈ ਮੈਨੂੰ ਤਾਂ ਨਜ਼ਰ ਨਹੀਂ ਆਇਆ ਆਖੋ ਸਤਨਾਮ ਆਹ ਪੜ੍ਹਾਈ ਕਿਉਂ ਨਹੀਂ ਪੜ੍ਹਦੇ ਆਹ ਪੜ੍ਹਾਈ ਪੜ੍ਹੀਏ ਸਾਹਿਬ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਮੈਨੂੰ ਛੱਡ ਕੇ ਹਮ ਤਜ ਭਲੋ ਸਭ ਕੋਈ ਮੈਂ ਆਪਣੇ ਗਰੇਵਾਂ ਚ ਝਾਤੀ ਮਾਰਾਂ ਤੇ ਮੈਨੂੰ ਪਤਾ ਲੱਗੇਗਾ ਮੈਲਾ ਹੀ ਮੈਲਾ ਵਾਂ ਮੈਲਾ ਹੀ ਮੈਲਾ ਵਾਂ ਮੈਲਾ ਹੀ ਮੈਲਾ ਆਪਣੇ ਆਪ ਤੇ ਐਕਸਰਸਾਈਜ਼ ਕਰੀਏ ਦੂਜਿਆਂ ਤੇ ਹੁਣ ਨਿਗਾਹ ਢਾਈਏ ਦੂਜਿਆਂ ਨੂੰ ਠੀਕ ਕਰਨ ਚ ਲੱਗੇ ਹੋਏ ਆ ਸਾਸ ਨਹੀਂ ਠੀਕ ਹੋਣਾ ਜਿੰਨਾ ਜ਼ੋਰ ਦੂਜਿਆਂ ਨੂੰ ਠੀਕ ਕਰਨ ਚ ਲਾ ਰਹੇ ਨਾ ਆਪਣੇ ਆਪ ਨੂੰ ਸੁਧਾਰ ਲਈਏ ਉਹ ਇਦਾਂ ਦਾ ਬਣ ਜਾਵੇ ਉਹ ਇਦਾਂ ਦਾ ਬਣ ਜਾਵੇ ਹਰ ਬੰਦਾ ਦੂਜੇ ਨੂੰ ਆਪਣੇ ਮਰਜ਼ੀ ਮੁਤਾਬਕ ਚਲਾਉਣਾ ਚਾਹੁੰਦਾ ਹਰ ਬੰਦਾ ਦੂਜੇ ਨੂੰ ਆਪਣੇ ਮਰਜ਼ੀ ਮੁਤਾਬਕ ਚਲਾਉਣਾ ਚਾਹੁੰਦਾ ਸਭ ਤੋਂ ਵੱਡੀ ਬੇਵਕੂਫੀ ਹੈ ਆਖੋ ਸਤਨਾਮ ਸਭ ਤੋਂ ਵੱਡੀ ਬੇਵਕੂਫੀ ਯਕੀਨ ਜਾਣਨਾ ਜਦੋਂ ਤੁਸੀਂ ਪਿਆਰ ਵੰਡਣਾ ਸ਼ੁਰੂ ਕੀਤਾ ਗਲਵਕੜੀ ਵੱਡੀ ਕਰ ਲਈ ਧੱਕੇ ਦੇ ਨਾਲ ਤੁਸੀਂ ਕਹੋ ਉਹਦਾ ਸੁਭਾਅ ਬਦਲਾ ਲਓਗੇ ਚੋਰ ਪਾ ਕੇ ਸਜ਼ਾ ਦੇ ਕੇ ਮਤਲਬ ਹੀ ਨਹੀਂ ਗਲਵਕੜੀ ਵੱਡੀ ਕਰ ਉਹਦੇ ਔਗੁਣਾਂ ਨੂੰ ਨਜ਼ਰ ਅੰਦਾਜ਼ ਕਰ ਦਿਓ ਉਹਦੇ ਗੁਣਾਂ ਨੂੰ ਉਜਾਗਰ ਕਰਨਾ ਸ਼ੁਰੂ ਕਰ ਦਿਓ ਦੇਖੋ ਦੂਰੀਆਂ ਨੇੜਤਾ ਚ ਤਬਦੀਲ ਹੋ ਜਾਣਗੀਆਂ ਆਖੋ ਸਤਨਾਮ ਨੇੜਤਾ ਬਣ ਜਾਏਗੀ ਦੂਜਿਆਂ 'ਚ ਗੁਣ ਵੇਖਣੇ ਆ ਜਾਣ ਤੇ ਆਪਣੇ ਵਿੱਚ ਮੈਨੂੰ ਆਪਣੇ ਅੰਦਰ ਔਗੁਣ ਵੇਖਣੇ ਆ ਜਾਣ ਜੇ ਮੈਨੂੰ ਆਪਣੇ ਅੰਦਰ ਔਗੁਣ ਵੇਖਣੇ ਆਣਗੇ ਤੇ ਮੈਂ ਬਖਸ਼ਾਣ ਦੀ ਬੇਨਤੀ ਕਰਾਂਗਾ ਨਾ ਜੀ ਹੁਣ ਰੋਗ ਹੀ ਨਹੀਂ ਪਕੜਿਆ ਜਾ ਰਿਹਾ ਹੈ ਤੇ ਨਾ ਫਿਰ ਉਹਦੇ ਲਈ ਕੋਈ ਡਾਕਟਰ ਤੇ ਨਾ ਦਵਾਈ ਹੈ ਪਤਾ ਹੀ ਨਹੀਂ ਬੰਦੇ ਨੂੰ ਹੈ ਕੀ ਪ੍ਰੋਬਲਮ ਕੀ ਹੈ ਪਤਾ ਲੱਗ ਗਿਆ ਫਿਰ ਬੰਦਾ ਉਸ ਡਿਜ਼ੀਜ਼ ਦੇ ਸਪੈਸ਼ਲਿਸਟ ਕੋਲ ਜਾਂਦਾ ਹੈ
डिजीज पकड़ी गई जी किडनी फेलियर, वो किडनी फेलियर वाला की लीवर वाले को जाएगा, हार्ट वाले को जाएगा कि मैं तेरे को आया भाई मेरी किडनी का मामला है, अखां दे विच डिफेक्ट है, तो वो हार्ट वाले को वड़ जाए, रोग पकड़िया गया अखां दा, हुण अखां दा स्पेशलिस्ट लभांगे, रोग पकड़िया गया लीवर दा, तो लीवर दा स्पेशलिस्ट लभांगे, पर रोग पकड़िया ता जावे, रोग पकड़िया ता जावे, कोई बांह खड़ी करके ये नहीं कह सकता मेरे अंदर औगुण नहीं, महाराज ने स्पष्ट कर दिया जी, जो जो दिसै सो सो रोगी, महाराज ने जो मैनू नजर आ रहा है, जो जो दे मतलब सब कुछ 84 लाख जूल होगी जी, 42 धरती ते 42 पानी, जो कहंदे मैनू दृष्टमान नजर ओ रोगी, एक है जरा रोग तो रहत, रोग रहत मेरा सतगुरु जोगी, आखो सतनाम, फिर पूरे वैद को आ जाइए, पूरे वैद को आके गरीब नवाज करो ना इलाज, करो ना इलाज, काम दे नाल परे हां, क्रोध दे नाल परे हां, ईर्खा दे नाल परे हां, द्वैत दे नाल परे हां, मोह दे नाल परे हां, निंदिया दे नाल परे हां, हौ पापी तू बख्श, एक थां ते साहिब कहंदे कहंदे काम क्रोध लोभ झूठ निंदा इनते आप छड़ा, आप छड़ा मेरे को नहीं छोड़ा, बेनती लाई नहीं, इनते आप छोड़ाओ मेरे को नहीं छोड़ दे, ए पीतर ਇਹ ਵਿੱਚ ਨੇ ਤੇ ਤੁਹਾਡੇ ਤੋਂ ਦੂਰੀਆਂ ਨੇ ਨਾ ਮਾਰਾ, ਇਹ ਵਿੱਚ ਨੇ ਤੇ ਦੂਰੀਆਂ ਨੇ, ਇਹ ਨਿਕਲ ਤੇ ਬਸ ਨੇੜਤਾ ਬਣ ਗਈ, ਇਹ ਭੀਤਰ ਤੇ ਇਨਕੋ ਡਰ ਖਤਮ ਕਰੋ, ਇਹ ਭੀਤਰ ਤੇ ਇਨਕੋ ਡਰੋ ਆਪਨ ਨਿਕਟ ਬੁਲਾਓ, ਇਹ ਵਿੱਚ ਨੇ ਤੇ ਦੂਰੀਆਂ ਨੇ, ਇਹ ਵਿੱਚ ਨੇ ਤੇ ਦੂਰੀਆਂ, सचे पातशाह दे चरणा च बेनतियां लाइए गरीब निवाज, अपने औगुण वेखण दी बख्शिश ए मेरी झोली च पा दे, अपने औगुण वेखण दी, फिर अंदरों बेनतियां निकलणगियां, अज पंक्तियां पढ़िया तां नहीं, हौ पापी तू बख्शण हार, पर मनिए तां सही पापी हां, मनिए तां सही, कोई खड़ के इनी गल कह दे क्रोधी बनाए यार, होर क्रोधी हो जाते हैं, होर औखे हो जाते, बड़ी निंदिया करता मूंह ते कोई कह दे बड़ी निंदिया करता, बड़ी निंदिया तेरे अंदर बड़ा अंदर जहर भरिया होया, खाण नूं पै जांदे आ, बोलिया उन्हें सच, बोलिया उन्हें सच, और सच सानू बर्दाश्त नहीं होया, जेड़ा रोग दसे मित्र है कि तू रोगी है इलाज करा, रिष्ट पुष्ट हो जा, जेड़ा सामने दी होके दिखावे ना ते समझ जाइए, ते जेड़ा समझ गया समझ लो वड्डी कृपा है ओदे ते, आखो सतनाम, वड्डी कृपा है, तां ते पहली बेनती आ करिए गरीब निवाज, अपने अंदर झात मारन दी अज बख्शिश मैनू दे दे, ते जे ओ मिल जावे फिर अंदरों पुकार करिए गरीब नवाज, हौ पापी तू बख्श, बख्श लो गरीब नवाज, बख्श लो, जन्म जन्म की इस मन को मल लागी काला हुआ स्यावा, पिछों काला होया आपे, किन्ने पापां दी पंड चुक के आए हां, ये जन्म मिलिया सी कालख धोण वास्ते, महाराज होर कालख चढ़ा बैठा, होर कालख चढ़ा बणूंगा की हुण, गरीब निवाज कृपा करो मैनू बख्श दिओ, अपना नाम अपनी बंदगी दे के मेरे पाप कट दिओ, आखो सतनाम।